ਘਰਾਂ ਦੇ ਵਿੱਚ ਜੀ ਮਹਾਰਾਜ ਸਾਨੂੰ ਸਮਾਂ ਬਖਸ਼ਦੇ ਨੇ ਨਾ ਆਪਣੀ ਗੋਦ ਵਿੱਚ ਬਹਿਣ ਦਾ, ਗੁਰੂ ਸਾਹਿਬ ਸਾਡੇ ਘਰਾਂ ਵਿੱਚ ਆਉਂਦੇ ਨੇ ਤੇ ਗੁਰਬਾਣੀ ਸੁਣਿਆ ਕਰੀਏ ਅਸੀਂ, ਤੇ ਸੁਣ ਕੇ ਗੁਰਬਾਣੀ ਨੂੰ ਜੀਵਨ ਦੇ ਵਿੱਚ ਢਾਲੀਏ। ਆਪਾਂ ਬਚਨ ਆਰੰਭ ਦੇ ਵਿੱਚ ਸਰਵਣ ਕੀਤਾ ਸੀ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ। ਅਸੀਂ ਤੇ ਸਿਰਫ ਅਖੰਡ ਪਾਠ ਸਾਹਿਬ ਕਰਵਾ ਲੈਂਦੇ ਹਾਂ, ਭੋਗ ਦੇ ਸਮੇਂ ਵੀ ਸਾਡੇ ਕੋਲ ਬਹਿਣ ਦਾ ਸਮਾਂ ਨਹੀਂ ਹੁੰਦਾ, ਲੰਗਰ ਪ੍ਰਸ਼ਾਦੇ ਵਾਲੇ ਪਾਸੇ ਵੀ ਨਹੀਂ ਜਾਂਦੇ ਹਾਂ, ਗੁਰੂ ਸਾਹਿਬ ਬਾਣੀ ਸੁਣਾ ਕੇ ਸਾਨੂੰ ਚਲੇ ਜਾਂਦੇ ਨੇ, ਗਲਤੀ ਸੀ। ਇੱਕ ਹੋਰ ਗੱਲ, ਅਸੀਂ ਪਾਠ ਤੇ ਕਰਵਾ ਲੈਂਦੇ ਹਾਂ ਘਰਾਂ ਦੇ ਵਿੱਚ, ਪਰ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕਦੋਂ ਹੋਈ? ਇਹਨਾਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ, ਖੋਜਣ ਦਾ ਅਸੀਂ ਕਦੇ ਯਤਨ ਹੀ ਨਹੀਂ ਕੀਤਾ। ਹੋਰ ਬੜੀਆਂ ਚੀਜ਼ਾਂ ਦਾ ਗਿਆਨ ਰੱਖਦੇ ਹਾਂ, ਮੜੀਆਂ ਦੇ ਦੀਵੇ ਕਿੱਦਾਂ ਜਗਾਉਣੇ, ਕੋ ਮਤਾਨ ਕੋ ਪੂਜਿਤ ਹੈ ਪਸ ਕੋ ਮਰਤਾਨ ਕੋ ਪੂਜਣ ਧਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦਨ। ਹੋਰ ਚੀਜ਼ਾਂ ਦਾ ਸਾਨੂੰ ਬੜਾ ਗਿਆਨ ਹੈ, ਮੁਰਦੇ ਨੂੰ ਮੁਰਦੇ ਦੇ ਉੱਪਰ ਦੀ ਪਾਣੀ ਕਿੱਦਾਂ ਤਰੰਪਣਾ, ਕਿਵੇਂ ਮੜੀਆਂ ਦੇ ਦੀਵੇ ਬਾਲਣੇ, ਕਿਵੇਂ ਜੰਡਾਂ ਦੇ ਤੇਲ ਪਾਉਣਾ, ਜਾ ਕੇ ਸਾਨੂੰ ਬੜੀ ਅਕਲ ਇਹਨਾਂ ਚੀਜ਼ਾਂ ਦੀ। ਪਰ ਪਿਆਰਿਓ ਗੁਰਬਾਣੀ ਦੇ ਘਰ ਦਾ ਸਾਨੂੰ ਕੱਖ ਨਹੀਂ ਪਤਾ। ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਜਿਸ ਵਕਤ ਕਹਿੰਦੇ ਨੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਛੇਵੇਂ ਪਾਤਸ਼ਾਹ, ਉਹਨਾਂ ਦੇ ਮਹਿਲ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪੁੱਤਰ ਨੂੰ ਕਿਹਾ, ਪੁੱਤਰਾ ਤੂੰ ਕਿਹਾ ਸੀ, ਵਾਹਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਮਾਤਾ ਨਾਨਕੀ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰੋਗੇ। ਹੁਣ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਮਹਿਲ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਜਿਸ ਵਕਤ ਗੁਰੂ ਸਾਹਿਬ ਦੀ 45 ਸਾਲ ਦੀ ਉਮਰ ਸੀ, 45 ਸਾਲ ਦੀ ਉਮਰ ਹੋ ਗਈ ਸੀ ਸੱਚੇ ਪਾਤਸ਼ਾਹ ਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇ ਬੇਬੇ ਨਾਨਕੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ, ਪੁੱਤਰ ਜੀ ਲਾਲ ਜੀ ਤੁਸੀਂ ਪੋਤਰੇ ਦਾ ਮੂੰਹ ਕਦੋਂ ਦਿਖਾਓਗੇ? ਤੁਹਾਡੇ ਬਾਪ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਪੋਤਰੇ ਦਾ ਮੂੰਹ ਦੇਖੋਗੇ, ਪਰ ਮੇਰੀ ਵੀ ਬੜੀ ਉਮਰ ਹੋ ਗਈ ਹੈ, ਤੁਹਾਡੀ ਵੀ ਬੜੀ ਉਮਰ ਹੋ ਗਈ, ਕਦੋਂ ਦਿਖਾਓਗੇ ਪੁੱਤਰੇ ਦਾ ਮੂੰਹ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮਾਤਾ ਜੀ ਇਹ ਤੇ ਮਾਲਕ ਦੀ ਰਜਾ ਏ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਤੇ ਦਾਦੇ ਦੀ ਮਰਜ਼ੀ ਹੈ, ਜਦੋਂ ਉਹਨਾਂ ਨੇ ਲਾਲ ਬਖਸ਼ਣਾ ਹੋਵੇਗਾ, ਪੁੱਤਰ ਬਖਸ਼ਣਾ ਹੋਵੇਗਾ, ਉਦੋਂ ਬਖਸ਼ ਦੇਣਗੇ। ਫਿਰ ਵੀ ਮਾਤਾ ਜੀ ਦੇ ਵਾਰ ਵਾਰ ਕਹਿਣ ਤੇ ਫਿਰ ਗੁਰਦੁਆਰਾ ਤ੍ਰਿਵੈਣੀ ਵੱਡੀ ਸਿੱਖ ਸੰਗਤ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਹਿਲੀ ਵਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਸੀ। ਤੇ ਸਾਨੂੰ ਇਹ ਵੀ ਨਹੀਂ ਪਤਾ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਪਹਿਲੇ 5 ਗ੍ਰੰਥੀ ਕੌਣ ਸਨ? ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਪਹਿਲੇ ਗ੍ਰੰਥੀ ਸਨ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੇਲੇ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਸੀ। ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਗੁਰਦਿੱਤਾ ਜੀ, ਜਿਹੜੇ ਬਾਬਾ ਬੁੱਢਾ ਜੀ ਦੇ ਕੁੱਲ ਵਿੱਚੋਂ ਛੇਵੇਂ ਥਾਂ ਤੇ ਹੋਏ ਨੇ ਬਾਬਾ ਗੁਰਦਿੱਤਾ ਜੀ, ਤੇ 5ਵੇਂ ਗ੍ਰੰਥੀ ਸਨ ਭਾਈ ਸਤੀ ਰਾਮ ਜੀ, ਜਿਹੜੇ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਪਾਤਸ਼ਾਹ ਉਹਨਾਂ ਦੇ ਸਿੱਖ ਹੋਏ ਸਨ। ਇਹ 5 ਗ੍ਰੰਥੀ ਸਨ ਪਹਿਲੇ ਅਖੰਡ ਪਾਠ ਸਾਹਿਬ ਜਦੋਂ ਪ੍ਰਕਾਸ਼ ਹੋਇਆ ਸੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਵੱਡੀ ਸਿੱਖ ਸੰਗਤ ਗੁਰਦੁਆਰਾ ਤ੍ਰਿਵੈਣੀ ਸਾਹਿਬ ਵਿਖੇ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਸੀ। ਸਾਹਿਬ